ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਅਸੀਂ ਬਣਾ ਰਹੇ ਹਾਂ ਪੂੜੀਆਂ ਆਲੂ ਅਤੇ ਮਸਾਲੇ ਵਾਲੀਆਂ। ਜਿਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਪੂੜੀਆਂ ਦਾ ਆਟਾ ਗੁੰਨਾਂਗੇ। ਆਟੇ ਦੇ ਲਈ ਸਾਨੂੰ ਸਮਾਨ ਚਾਹੀਦਾ ਹੈ, 2 ਚਮਚੇ ਮੇਥੀ, ਸੁੱਕੀ ਮੇਥੀ ਲਈ ਹੈ, 1/2 ਚਮਚ ਹਲਦੀ, 1/2 ਚਮਚ ਲਾਲ ਮਿਰਚਾਂ, ਨਮਕ ਸਵਾਦ ਅਨੁਸਾਰ, ਜੀਰਾ ਲਿਆ ਹੈ 1 ਚਮਚ, 1 ਚਮਚ ਅਜਵਾਇਣ ਲਈ ਹੈ। ਆਟੇ ਦੀਆਂ 2 ਕੌਲੀਆਂ ਲਵਾਂਗੇ, 1 ਕੌਲੀ ਮੈਦਾ ਪਾਵਾਂਗੇ, 1 ਆਲੂ ਛਿੱਲ ਕੇ ਕੱਦੂਕਸ਼ ਕਰ ਲਿਆ ਹੈ ਅਤੇ ਥੋੜ੍ਹਾ ਜਿਹਾ ਤੇਲ ਲਿਆ ਹੈ। ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹੋਵੇਗੀ ਆਟਾ ਗੁੰਨਣ ਦੇ ਲਈ, ਉਨਾ ਆਪਾਂ ਤੇਲ ਯੂਜ਼ ਕਰਾਂਗੇ। ਚਲੋ ਫਰੈਂਡਸ, ਸਟਾਰਟ ਕਰਦੇ ਹਾਂ ਆਟਾ ਗੁੰਨਣਾ। ਸਭ ਤੋਂ ਪਹਿਲਾਂ ਪਾਵਾਂਗੇ ਆਟੇ ਦੇ ਵਿੱਚ ਜੀਰਾ, ਆਟੇ ਅਤੇ ਮੈਦੇ ਦੇ ਵਿੱਚ, ਫਿਰ ਅਜਵਾਇਣ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਨਮਕ ਅਤੇ ਮੇਥੀ, ਸੁੱਕੀ ਮੇਥੀ, ਅਤੇ ਨਾਲ ਹੀ ਐਡ ਕਰਾਂਗੇ ਆਲੂ। ਥੋੜ੍ਹਾ ਜਿਹਾ ਤੇਲ ਪਾਵਾਂਗੇ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਪਹਿਲਾਂ। ਹੁਣ ਸਾਰਾ ਕੁਛ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ। ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਪਾਣੀ। ਪਾਣੀ ਆਪਾਂ ਹੌਲੀ ਹੌਲੀ ਐਡ ਕਰਦੇ ਜਾਵਾਂਗੇ, ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹੋਵੇਗੀ। ਧਿਆਨ ਰੱਖਣਾ ਹੈ ਕਿ ਪੂੜੀਆਂ ਦਾ ਆਟਾ ਜੋ ਹੁੰਦਾ ਹੈ ਉਹ ਸਖਤ ਗੁੰਨਣਾ ਹੁੰਦਾ ਹੈ, ਜਿਵੇਂ ਕਿ ਰੋਟੀਆਂ ਅਤੇ ਪਰੌਂਠੀਆਂ ਦਾ ਆਟਾ ਆਪਾਂ ਥੋੜ੍ਹਾ ਸੌਫਟ ਗੁੰਨਦੇ ਹਾਂ, ਪਰ ਪੂੜੀਆਂ ਦਾ ਆਟਾ ਆਪਾਂ ਸਖਤ ਗੁੰਨਾਂਗੇ। ਹੌਲੀ ਹੌਲੀ ਆਪਾਂ ਪਾਣੀ ਐਡ ਕਰਦੇ ਜਾਵਾਂਗੇ। ਆਟਾ ਆਲਮੋਸਟ ਰੈਡੀ ਹੈ ਫਰੈਂਡਸ। ਇਸ ਤਰ੍ਹਾਂ ਦਾ ਸਖਤ ਆਟਾ ਗੁੰਨਣਾ ਹੈ। ਹੁਣ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਆਇਲ ਐਡ ਕਰਾਂਗੇ। ਇਸ ਤਰ੍ਹਾਂ ਫਿਰ ਥੋੜ੍ਹਾ ਜਿਹਾ ਇਸਨੂੰ ਗੁੰਨ ਲਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਫਰੈਂਡਸ, ਪੂੜੀਆਂ ਦਾ ਆਟਾ ਰੈਡੀ ਹੈ। ਹੁਣ ਆਪਾਂ ਇਸਨੂੰ 1/2 ਘੰਟੇ ਤੋਂ 1 ਘੰਟੇ ਦੇ ਲਈ ਢੱਕ ਕੇ ਰੱਖ ਦੇਵਾਂਗੇ ਤਾਂ ਕਿ ਆਟਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ, ਫਿਰ ਬਣਾਵਾਂਗੇ ਇਸ ਦੀਆਂ ਪੂੜੀਆਂ। ਹੁਣ ਤੁਸੀਂ ਦੇਖ ਸਕਦੇ ਹੋ ਫਰੈਂਡਸ, ਪੂੜੀਆਂ ਦਾ ਆਟਾ ਗੁੰਨੇ ਨੂੰ 1 ਘੰਟਾ ਹੋ ਚੁੱਕਿਆ ਹੈ। ਹੁਣ ਆਟਾ ਬਿਲਕੁਲ ਸੈੱਟ ਹੋ ਗਿਆ ਹੈ। ਹੁਣ ਆਪਾਂ ਇਸ ਦੇ ਕਰਾਂਗੇ ਪੇੜੇ। ਥੋੜ੍ਹਾ ਜਿਹਾ ਹੱਥਾਂ ਨੂੰ ਤੁਸੀਂ ਤੇਲ ਲਾ ਸਕਦੇ ਹੋ। ਹੁਣ ਆਪਾਂ ਇਸਦੇ ਥੋੜ੍ਹੇ ਛੋਟੇ ਛੋਟੇ ਪੇੜੇ ਕਰ ਲਵਾਂਗੇ ਅਤੇ ਫਿਰ ਇਸਨੂੰ ਵੇਲ ਲਵਾਂਗੇ। ਤੁਸੀਂ ਜਿੱਡਾ ਵੀ ਸਾਈਜ਼ ਚਾਹੋ ਉੱਡਾ ਹੀ ਰੱਖ ਸਕਦੇ ਹੋ। ਇਸੇ ਤਰ੍ਹਾਂ ਆਪਾਂ ਸਾਰੀਆਂ ਪੂੜੀਆਂ ਪਹਿਲਾਂ ਪੇੜੇ ਕਰ ਲਵਾਂਗੇ ਅਤੇ ਫਿਰ ਰੋਟੀ ਵਾਂਗੂ ਵੇਲ ਲਵਾਂਗੇ। ਜੇ ਤੁਸੀਂ ਚਾਹੋ ਤਾਂ ਤੁਸੀਂ ਹੱਥਾਂ ਨਾਲ ਵੀ ਵਧਾ ਸਕਦੇ ਹੋ, ਕੋਈ ਵੀ ਸ਼ੇਪ ਦੇ ਸਕਦੇ ਹੋ। ਇੱਕ ਸਾਈਡ 'ਤੇ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਦਿੱਤਾ ਹੈ ਗਰਮ ਹੋਣ ਦੇ ਲਈ, ਜਿਸ ਦੇ ਵਿੱਚ ਆਪਾਂ ਪੂੜੀਆਂ ਤਲਾਂਗੇ।
ਹੁਣ ਆਪਾਂ ਤੇਲ ਦੇ ਵਿੱਚ ਥੋੜ੍ਹਾ ਜਿਹਾ ਆਟਾ ਪਾ ਕੇ ਚੈੱਕ ਕਰਾਂਗੇ ਕਿ ਤੇਲ ਆਪਣਾ ਗਰਮ ਹੋ ਗਿਆ ਹੈ ਕਿ ਨਹੀਂ। ਤੇਲ ਵਧੀਆ ਗਰਮ ਹੋ ਚੁੱਕਿਆ ਹੈ। ਹੁਣ ਆਪਾਂ ਇਸ ਆਟੇ ਨੂੰ ਬਾਹਰ ਕੱਢ ਲਵਾਂਗੇ। ਹੁਣ ਆਪਾਂ ਪਾਵਾਂਗੇ ਵਿੱਚ ਪੂਰੀ। ਦੇਖ ਸਕਦੇ ਹੋ ਪੂਰੀ ਕਿੰਨੀ ਵਧੀਆ ਫੁੱਲ ਰਹੀ ਹੈ। ਹੁਣ ਆਪਾਂ ਇਸ ਨੂੰ ਦੂਸਰੇ ਗੰਨੇ ਨੂੰ ਕਰ ਦੇਵਾਂਗੇ। ਕਿੰਨੀ ਵਧੀਆ ਗੋਲਡਨ ਬਰਾਊਨ ਪੂਰੀ ਤਿਆਰ ਹੋਈ ਹੈ। ਹੁਣ ਆਪਾਂ ਇਸੇ ਤਰ੍ਹਾਂ ਸਾਰੀਆਂ ਪੂਰੀਆਂ ਤੇਲ ਦੇ ਵਿੱਚ ਪਾ ਕੇ ਫਰਾਈ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਫਰੈਂਡਸ ਕਿੰਨੀਆਂ ਵਧੀਆ ਪੂੜੀਆਂ ਰੈਡੀ ਹੋਈਆਂ ਹਨ ਆਲੂ ਮਸਾਲੇ ਵਾਲੀਆਂ। ਤੁਸੀਂ ਵੀ ਇਸ ਆਸਾਨ ਰੈਸਿਪੀ ਨੂੰ ਜ਼ਰੂਰ ਟਰਾਈ ਕਰੋ ਅਤੇ ਸਾਨੂੰ ਕਮੈਂਟਸ ਦੇ ਵਿੱਚ ਸ਼ੇਅਰ ਕਰੋ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।